ਇੱਕ ਨੰਬਰ ਇੱਕ ਦਾ ਗੱਲ ਵੀ ਸਾਡੇ ਪੰਜਾਬ ਦੇ ਮੁੰਡੇ ਲੋਕਲ ਹੋਣੇ ਚਾਹੀਦੇ ਆ ਉਹ ਇਹ ਟੋਲ ਟੈਕਸ ਦੇ ਬਾਹਰ ਪੈ ਪੰਜਾਬ ਨੂੰ ਹੋਣੇ ਚਾਹੀਦੇ ਆ ਇੱਥੇ ਯੂਪੀ ਬਿਹਾਰ ਦੇ ਗੁੰਡੇ ਜੇ ਬਾਉਂਸਰ ਜੇ ਲੈ ਕਿਹੜਾ ਰਾਜਪੁਰੇ ਦੇ ਜਿਹੜਾ ਰਾਜਪੁਰੇ ਵਾਲਾ ਟੋਲ ਟੈਕਸ ਸੀਗਾ ਉਹ ਤਾਂ ਤੁਹਾਨੂੰ ਪਤਾ ਵੀ ਜਿਹੜਾ ਘੰਟਾ ਘੰਟਾ ਲੈਣਾ ਦੋ ਦੋ ਘੰਟੇ ਲੈਣਾ ਲੱਗਦੀਆਂ ਸੀਗੀਆਂ ਉਦੋਂ ਵੀ ਮੈਨੂੰ ਜੀ ਸਾਲ ਚੁਕਾਈ ਸੀਗੀ ਮੁੜ ਕੇ ਕਦੇ ਲੰਬੀ ਲਾਈਨ ਨਹੀਂ ਸੀ ਲੱਗੀ ਡੇਢ ਅੰਦੋਲਨ ਚੱਲਿਆ ਅੰਦੋਲਨ ਚੱਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਭਰਾ ਨੇ ਜਿਹੜਾ ਉਹ ਕਾਲਾ ਝਾੜਾ ਵਾਲਾ ਟੋਲ ਟੈਕਸ ਆਉਂਦਾ ਉਦੋਂ ਮੈਂ ਤੋੜਿਆ ਸੀਗਾ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕਿਸਾਨੀ ਜਿੱਤ ਲਿਆ ਇੱਧਰ ਟੋਲ ਟੈਕਸ ਵਾਲਿਆਂ ਨੇ ਵੀ ਕੱਪੜੇ ਕੁੱਪੜੇ ਮਾਰਨੇ ਸ਼ੁਰੂ ਕਰਤੇ ਇੱਧਰ ਆਪਣਾ ਫਾਸਟੈਗ ਦਾ ਜਿਹੜਾ ਕੰਮ ਚੱਲੀ ਜਾਂਦਾ ਮੈਂ ਤੁਹਾਡੇ ਨਾਲ ਦੋ ਚਾਰ ਜਿਹੜੀਆਂ ਗੱਲਾਂ ਉਹ ਸਾਂਝੀਆਂ ਕਰਨੀਆਂ ਰਹੀਆਂ ਟੋਲ ਟੈਕਸ ਪੱਟਣ ਦੇ ਤੁਹਾਨੂੰ ਪਤਾ ਹੀ ਸੀਗੇ ਉਹ ਵੀ ਮੁੱਦੇ ਸੀਗੇ ਜਿਹੜੇ ਮੁੱਦਿਆਂ ਪਿੱਛੇ ਆਪਾਂ ਤੋੜੇ ਸੀਗੇ ਇੱਕ ਤਾਂ ਨੰਬਰ ਇੱਕ ਤਾਂ ਉਦੋਂ ਸੀਗਾ ਵੀ ਪੰਜਾਬ ਦੇ ਮੁੰਡਿਆਂ ਨੂੰ ਜਿਹੜਾ ਰੱਖਿਆ ਨਹੀਂ ਸੀ ਜਾ ਰਿਹਾ ਕਈ ਸੋਰੇ ਘਟਨਾਵਾਂ ਤੁਸੀਂ ਦੇਖੀਆਂ ਨੇ ਉਹ ਕਿਸ ਤਰ੍ਹਾਂ ਵਰਤੀਆਂ ਨੇਗੀਆਂ ਸਭ ਤੋਂ ਪਹਿਲਾਂ ਤਾਂ ਜੇ ਮੈਂ ਗੱਲ ਕਰਾਂ ਵੀ ਇਹਨਾਂ ਨੇ ਜਿਹੜਾ ਟੋਲ ਟੈਕਸ ਵਧਾਇਆ ਹੈ ਉਹ ਟੋਲ ਟੈਕਸ ਤਾਂ ਸਾਡੇ ਜਥੇਬੰਦੀਆਂ ਨੇ ਵੀ ਕਾਫੀਆਂ ਨੇ ਵਿਰੋਧ ਕੀਤਾ ਅਸੀਂ ਵੀ ਉਹਦਾ ਵਿਰੋਧ ਕਰਦੇ ਹਾਂ ਟੋਲ ਟੈਕਸ ਘਟਾਉਣਾ ਤਾਂ ਕੀ ਆ ਵਧਾ ਹੀ ਦਿੱਤਾ ਇਹ ਜਿਹੜਾ ਤੁਹਾਨੂੰ ਸਭ ਨੂੰ ਪਤਾ ਵੀ ਜਿਹੜਾ ਰੋਡ ਟੈਕਸ ਹੈ ਅਸੀਂ ਗੱਡੀ ਦਾ ਪਹਿਲਾਂ ਹੀ ਦੇ ਦਿੰਦੇ ਹਾਂ ਪੰਜ ਟੈਕਸ ਜਿਹੜੇ ਲੱਗਦੇ ਨੇ ਕਿ ਜਦੋਂ ਅਸੀਂ ਗੱਡੀ ਕਢਾਉਂਦੇ ਹਾਂ ਪੰਜ ਟੈਕਸ ਇਸ ਕਰਕੇ ਸਰਕਾਰਾਂ ਨੇ ਜਿਹੜੇ ਰੋਡ ਬਣਾਉਣੇ ਆ ਉਹਦੇ ਉਹ ਪੈਸਿਆਂ ਦੇ ਵਿੱਚੋਂ ਰੋਡ ਬਣਾ ਲੈਣ ਆਹ ਜਿਹੜਾ ਜਦੋਂ ਰੋਡ ਬਾਦਲਾਂ ਨੇ ਬਣਾਇਆ ਹੈ ਸਰਦਾਰਾਂ ਨੇ ਦਰਖਤ ਵੇਚਤੇ ਸੀਗੇ ਰੋਡ ਤੋਂ ਵੇਚ ਕੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਇੱਕ ਜਿਹੜੀ ਟੋਲ ਟੈਕਸ ਦੀ ਆਮਦਨ ਹੈ ਇਸ ਟੋਲ ਟੈਕਸ ਦੀ ਰੋਜ਼ ਦੀ ਆਮਦਨ ਪਤਾ ਕਿੰਨੀ ਹੈ 15 ਤੋਂ 20 ਲੱਖ ਰੁਪਏ ਜਿਹੜੀ ਰੋਜ਼ ਦੀ ਆਮਦਨ ਹੈ ਪੰਜ ਟੋਲ ਟੈਕਸ ਲੱਗੇ ਹੋਏ ਨੇਗੇ ਬਠਿੰਡਾ ਤੋਂ ਚੰਡੀਗੜ੍ਹ ਜਾਂਦਿਆਂ ਨੂੰ ਪੰਜ ਟੋਲ ਟੈਕਸ ਲੱਗੇ ਹੋਏ ਪੰਜਾਂ ਟੋਲ ਟੈਕਸਾਂ ਦੀ ਜਿਹੜੀ ਆਮਦਨ ਹੈ 90 ਲੱਖ ਤੋਂ 1 ਕਰੋੜ ਰੁਪਇਆ ਆਮਦਨ ਹੈ ਟੋਲ ਟੈਕਸਾਂ ਦੀ ਜਿਹੜੀ ਪੰਜਾਂ ਦੀ ਲੱਗੀ ਹੋਈ ਹੈ ਹੁਣ ਗੱਲ ਇਹ ਲਾ ਲਓ ਵੀ ਜਦੋਂ ਬਠਿੰਡੇ ਤੋਂ ਬੰਦਾ ਚੱਲਦਾ 450 ਤੋਂ 500 ਰੁਪਏ ਦੇ ਆਸ ਪਾਸ ਵਿੱਚ ਲੱਗ ਜਾਂਦਾ ਮੈਂ ਕਹਿੰਦਾ ਆਉਣ ਜਾਣ ਬੰਦੇ ਦਾ 800-900 ਰੁਪਇਆ ਟੋਲ ਟੈਕਸ ਲੱਗ ਜਾਂਦਾ ਬੰਦੇ ਦਾ ਆਉਣ ਜਾਣ ਦਾ ਹੁਣ ਇਹਦਾ ਇੱਕ ਛੋਟੀ ਗੱਡੀ ਦੀ ਗੱਲ ਕਰਦਾ ਜਿਹੜੀਆਂ ਵੱਡੀਆਂ ਗੱਡੀਆਂ ਨੇਗੀਆਂ ਬੱਸਾਂ ਨੇਗੀਆਂ ਟਰੱਕ ਨੇ ਉਹਨਾਂ ਦਾ 200-200 ਰੁਪਇਆ ਵੀ ਹੈ ਹੁਣ ਗੱਲ ਇਹ ਆ ਵੀ ਜਿਹੜੀ ਇੰਨੀ ਲੁੱਟ ਕਸੁੱਟ ਹੋ ਰਹੀ ਹੈ ਕਿੱਥੇ ਤਾਂ ਇਹ ਸੀਗਾ ਵੀ 90 ਰੁਪਏ ਦੀ ਥਾਂ ਤੇ ਜਿਹੜਾ ਵੀ ਘੱਟੋ ਘੱਟ ਵੀ 30 ਜਾਂ 40 ਰੁਪਏ ਪਰਚੀ ਕੀਤੀ ਜਾਂਦੀ ਇੱਕ ਸਾਈਡ ਦੀ ਜਾਂ ਆਉਣ ਜਾਣ ਦੀ 50 ਰੁਪਏ ਪਰਚੀ ਹੁੰਦੀ ਜਿਹੜਾ ਬੰਦੇ ਨੂੰ ਦੇਣ 'ਚ ਵੀ ਹਰ ਇੱਕ ਬੰਦੇ ਨੂੰ ਠੀਕ ਰਹਿੰਦੀ ਇੱਥੇ ਜਿਹੜਾ ਜਿਹੜੇ ਅੰਨੇ ਪੀਹੀ ਜਾਂਦੇ ਕੁੱਤੇ ਚੱਟੀ ਜਾਂਦੇ ਨੇਗੇ ਇਸ ਕਰਕੇ ਜਿਹੜੀਆਂ ਸਰਕਾਰਾਂ ਦੇ ਜਿਹੜੇ ਠੇਕੇਦਾਰ ਨੇਗੇ ਉਹ ਸਾਰੇ ਬਾਹਰਲੇ ਠੇਕੇਦਾਰ ਨੇਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਸਾਰਾ ਇਹਨਾਂ ਨੇ ਜਿਹੜੇ ਪੰਜਾਬ ਦੇ ਰਾਜਨੀਤਿਕ ਲੀਡਰਾਂ ਨੇ ਵੇਚ ਹੀ ਦਿੱਤਾ ਸਾਡੇ ਜ਼ਮੀਨਾਂ ਜਿਹੜੀਆਂ ਸੀ ਉਹ ਬਚਾ ਲਈਆਂ ਸਾਡੀ ਚੰਗੀ ਕਿਸਮਤ ਸੀ ਅਸੀਂ ਜ਼ਮੀਨਾਂ ਬਚਾ ਲਈਆਂ ਬਾਹਰਲੀਆਂ ਕੰਪਨੀਆਂ ਤੋਂ ਹੁਣ ਜਿਹੜੀਆਂ ਕੰਪਨੀਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਜਿਹੜੇ ਮੁੰਡੇ ਰੱਖੇ ਜਾਂਦੇ ਨੇਗੇ ਉਹ ਸਾਰੇ ਲਿਆ ਕੇ ਬਾਹਰਲੇ ਰੱਖੇ ਜਾਂਦੇ ਨੇਗੇ ਸਾਰੇ ਜਿਹੜੇ ਟੋਲ ਟੈਕਸਾਂ ਦੇ ਮੁੰਡੇ ਰੱਖੇ ਜਾਂਦੇ ਨੇ ਉਹ ਕਦੇ ਕੋਈ ਯੂਪੀ ਦਾ ਕੋਈ ਬਿਹਾਰ ਦਾ ਫੜ ਲੈਤਾ ਉਹ ਤੁਹਾਨੂੰ ਪਤਾ ਵੀ ਨਾ ਤਾਂ ਇਸ ਮੁੱਦੇ ਤੋਂ ਵੀ ਅੱਜ ਤੱਕ ਪੰਜਾਬ ਦਾ ਬੰਦਾ ਬੋਲਿਆ ਪਿੱਛੇ ਜੇ 50 ਮੁੰਡੇ ਸੀਗੇ ਕਾਲਾ ਝਾੜ ਵਾਲੇ ਦੇ ਜਦੋਂ ਟੋਲ ਟੈਕਸ ਦੇ ਮੁੰਡੇ ਉਹ ਕੱਢੇ ਸੀਗੇ ਉਹਨਾਂ ਦਾ ਮੁੜਾ ਪੂਰਾ ਮੈਂ ਡੱਟ ਕੇ ਵਿਦਰੋਹ ਕੀਤਾ ਸੀ ਪੰਜਾਬ ਵਾਲੇ ਮੁੰਡਿਆਂ ਨੂੰ ਕੱਢਤਾ ਸੀ ਉਹਨਾਂ ਨੂੰ ਦੁਬਾਰੇ ਉਹ ਟੋਲ ਟੈਕਸ ਤੇ ਰੱਖਣਾ ਪਿਆ ਸੀਗਾ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਪਹਿਲ ਇਹ ਹੋਣੀ ਚਾਹੀਦੀ ਵੀ ਜਿਹੜੇ ਆਹ ਲੋਕਲ ਪਿੰਡਾਂ ਦੇ ਮੁੰਡੇ ਨੇਗੇ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਗਈਆਂ ਨੇਗੀਆਂ ਟੋਲ ਟੈਕਸਾਂ ਦੇ ਕੰਮ ਉਹਨਾਂ ਨੂੰ ਮਿਲਣਾ ਚਾਹੀਦਾ ਨੌਕਰੀ ਉਹ ਮੁੰਡਿਆਂ ਨੂੰ ਮਿਲਣੀ ਚਾਹੀਦੀ ਆ ਨਾ ਕਿ ਇੱਥੇ ਬਾਹਰਲੇ ਨੂੰ ਲੈ ਕੇ ਬਿਠਾਇਆ ਜਾਵੇ ਦੂਜੀ ਗੱਲ ਇਹ ਆ ਵੀ ਟੋਲ ਟੈਕਸ ਜਿਹੜੀ ਪਰਚੀ ਹੈ ਉਹ ਆਉਣ ਜਾਣ ਦਾ ਜਿਹੜਾ 50 ਰੁਪਏ ਇੱਕ ਟੋਲ ਟੈਕਸ ਤੇ ਹੋਣੀ ਚਾਹੀਦੀ ਹੈ ਅਸੀਂ 90 ਰੁਪਏ ਦੇਣੇ ਇਸ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਇਸ ਤੇ ਆਪਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਦਾ ਉਠਾਈਏ 50 ਰੁਪਏ ਆਉਣ ਜਾਣ ਦੀ ਪਰਚੀ ਹੋਣੀ ਚਾਹੀਦੀ ਮੈਂ ਜਿਹੜਾ ਘੜਮ ਚੌਧਰੀ ਫਿਰਦੇ ਨੇ ਜਿਹੜੇ ਅਕਾਲੀ ਕਾਂਗਰਸੀ ਝੰਡੀਆਂ ਚੱਕੀ ਫਿਰਦੇ ਨੇ ਜਾਂ ਇਹ ਮੁੱਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਲੋਕਾਂ ਦੀ ਲੁੱਟ ਕਸੁੱਟ ਤੋਂ ਬਚਾਉਣ ਦਾ ਆਹ ਮੁੱਦਾ ਚੱਕੋ ਉਹ ਸਟੇਜਾਂ 'ਤੇ ਚੜ ਕੇ ਉਹੀ ਕਿਤੇ ਉਹਦੀ ਲੱਤ ਫੜ ਲਈ ਕਿਸੇ ਉਹਦੀ ਬਾਂਹ ਫੜ ਲਈ ਕੋਈ ਮੁੱਦੇ ਦੀ ਗੱਲ ਨਹੀਂ ਹੁੰਦੀ ਉਹੀ ਇਨਕਲਾਬ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਹੋ ਕੋਈ ਪੰਜਾਬ ਦੇ ਮੁੱਦੇ ਦੀਆਂ ਗੱਲਾਂ ਕਰੋ ਆਹ ਟੋਲ ਟੈਕਸਾਂ ਦਾ ਬਹੁਤ ਵੱਡਾ ਮੁੱਦਾ ਹੈ ਕੱਲ੍ਹ ਤੋਂ ਜਿਹੜੇ ਟੋਲ ਟੈਕਸ ਸ਼ੁਰੂ ਹੋ ਜਾਣੇ ਆ ਲੋਕਾਂ ਦੇ ਜਿਹੜੇ ਕੱਪੜੇ ਪਾੜਨੇ ਨੇ ਸ਼ੁਰੂ ਕਰ ਦੇਣਾ ਟੋਲ ਟੈਕਸਾਂ ਨੇ ਇਸ ਕਰਕੇ ਆਪਾਂ ਇਸ ਚੀਜ਼ ਦਾ ਜਿਹੜਾ ਸਖ਼ਤ ਵਿਰੋਧ ਕਰੀਏ ਵੀ 50 ਰੁਪਏ ਪਰਚੀ ਹਾਂ ਅਸੀਂ ਮੰਨਦੇ ਹਾਂ ਇਸ ਗੱਲ ਨੂੰ ਮੈਂ ਮੰਨਦਾ ਵੀ ਸਾਡੇ ਸਹੂਲਤਾਂ ਲਈ ਰੋਡ ਬਣਾਏ ਗਏ ਨੇ ਚੰਗੀਆਂ ਸੜਕਾਂ ਹੋਣਗੀਆਂ ਅਸੀਂ ਸਾਡੇ ਲਈ ਆਉਣ ਜਾਣ ਲਈ ਚੰਗਾ ਜਿਹੜਾ ਸਾਡੇ ਲਈ ਸੌਖਾ ਹੋਊਗਾ ਪਰ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਸਾਡੀ ਲੁੱਟ ਕਸੁੱਟੀ ਕਰੀ ਜਾਓ ਮੈਂ ਮੰਨਦਾ ਇਸ ਗੱਲ ਦਾ ਵੀ ਟੈਕਸ ਲੱਗਣਾ ਚਾਹੀਦਾ ਰੋਡ ਟੈਕਸ ਲੱਗਣਾ ਚਾਹੀਦਾ ਪਰ ਰੋਡ ਟੈਕਸ ਜਿਹੜਾ ਉਹ ਨਿਯਮਤ ਰੂਪ ਦੇ ਵਿੱਚ ਲੱਗਣਾ ਚਾਹੀਦਾ ਇਹ ਨਹੀਂ ਹੈਗਾ ਵੀ ਤੁਸੀਂ 90-90 ਰੁਪਏ ਕੱਟੀ ਜਾਂਦੇ ਪਰਚੀ 90 ਰੁਪਏ ਯਾਰ ਕਹਿ ਦੇਣ ਦੀ ਗੱਲ ਆ ਯਾਰ 50 ਰੁਪਏ ਜਾਂ 40 ਰੁਪਏ 40 ਰੁਪਏ ਦੇ ਆਸ ਪਾਸ ਮੈਨੂੰ ਲੱਗਦਾ ਵੀ ਆਉਣ ਜਾਣ ਦੀ ਜਿਹੜੀ ਉਹ ਪਰਚੀ ਹੋਣੀ ਚਾਹੀਦੀ ਹੈ ਆਪਾਂ ਇਸ ਚੀਜ਼ ਦਾ ਡਟ ਕੇ ਵਿਦਰੋਹ ਕਰੀਏ ਅਤੇ ਇੱਕ ਨੰਬਰ ਇੱਕ ਦਾ ਗੱਲ ਵੀ ਸਾਡੇ ਪੰਜਾਬ ਦੇ ਮੁੰਡੇ ਲੋਕਲ ਹੋਣੇ ਚਾਹੀਦੇ ਨੇਗੇ ਜਿਹੜੀ ਅਸੀਂ 80% ਜਿਹੜੇ ਗੱਲ ਕਰਦੇ ਹਾਂ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਜਿਹੜਾ ਵੀ 80% ਦਾ ਕੋਟਾ ਹੈ ਡੋਮੀਸਲ ਦੀ ਵੀ ਅਸੀਂ ਗੱਲ ਕਰਦੇ ਹਾਂ ਵੀ ਨੌਕਰੀਆਂ ਦੇ ਵਿੱਚ ਜਿਹੜੇ ਪਹਿਲਾਂ ਪਹਿਲ ਪੰਜਾਬ ਨੂੰ ਹੋਣੀ ਚਾਹੀਦੀ ਹੈ ਉਹ ਇਹ ਟੋਲ ਟੈਕਸ ਦੇ ਬਾਹਰ ਪਹਿਲ ਪੰਜਾਬ ਨੂੰ ਹੋਣੀ ਚਾਹੀਦੀ ਹੈ ਇੱਥੇ ਯੂਪੀ ਬਿਹਾਰ ਦੇ ਗੁੰਡੇ ਜੇ ਬਾਉਂਸਰ ਜੇ ਲੈ ਕੇ ਕਢਾਉਣ
ਉਹ ਜਦੋਂ ਪਹਿਲਾਂ ਜਿਹੜੀ ਉਹ ਰਾਜਪੁਰੇ ਦੇ ਜਿਹੜਾ ਰਾਜਪੁਰ ਵਾਲਾ ਟੋਲ ਟੈਕਸ ਸੀਗਾ ਉਦੋਂ ਤੁਹਾਨੂੰ ਪਤਾ ਵੀ ਜਿਹੜਾ ਘੰਟਾ ਘੰਟਾ ਲੈਣਾ ਦੋ ਦੋ ਘੰਟੇ ਲੈਣਾ ਲੱਗਦੀਆਂ ਸੀਗੀਆਂ ਉਦੋਂ ਵੀ ਮੈਨੇ ਸਾਲ ਚੁਕਾਈ ਸੀਗੀ ਉਹ ਟੋਲ ਟੈਕਸ ਵੀ ਤੁਹਾਨੂੰ ਪਤਾ ਵੀ ਉਦੋਂ ਮੈਂ ਇਕੱਲੇ ਨੇ ਸਾਲ ਚੁਕਾਈ ਸੀਗੀ ਉਹ ਤੁਹਾਨੂੰ ਸਭ ਨੂੰ ਪਤਾ ਵੀ ਉਹ ਟੋਲ ਟੈਕਸ 'ਤੇ ਮੁੜ ਕੇ ਕਦੇ ਲੰਬੀ ਲਾਈਨ ਨਹੀਂ ਸੀ ਲੱਗੀ ਡੇਢ ਡੇਢ ਦੋ ਦੋ ਘੰਟੇ ਜਿਹੜਾ ਲੋਕਾਂ ਨੂੰ ਘੇਰ ਕੇ ਟੋਲ ਟੈਕਸ ਕੱਟਿਆ ਜਾਂਦਾ ਸੀਗਾ ਉਹ ਟੋਲ ਟੈਕਸ 'ਤੇ ਕਦੇ ਮੁੜ ਕੇ ਜਿਹੜੀ ਲਾਈਨ ਨਹੀਂ ਸੀ ਲੱਗੀ ਉਹਦਾ ਵੀ ਮੈਂ ਸਖ਼ਤ ਵਿਰੋਧ ਕੀਤਾ ਸੀਗਾ ਇੱਥੇ ਮੁੰਡੇ ਕਦੇ ਕੱਢੇ ਸੀ ਉਹਨਾਂ ਦੇ ਮੈਂ ਵਿਰੋਧ ਕੀਤਾ ਸੀਗਾ ਜਦੋਂ ਇਹ ਅੰਦੋਲਨ ਚੱਲਿਆ ਅੰਦੋਲਨ ਚੱਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਭਰਾ ਨੇ ਜਿਹੜਾ ਉਹ ਕਾਲਾ ਝਾੜਾ ਵਾਲਾ ਟੋਲ ਟੈਕਸ ਆਉਂਦਾ ਉਦੋਂ ਮੈਂ ਤੋੜਿਆ ਸੀਗਾ ਉਦੋਂ ਸਭ ਤੋਂ ਪਹਿਲਾਂ ਜਿਹੜੀਆਂ ਪਰਚੇ ਕੱਟੀਆਂ ਜਾ ਰਹੇ ਸੀ ਉਦੋਂ ਸਭ ਤੋਂ ਪਹਿਲਾਂ ਜਿਹੜਾ ਟੋਲ ਟੈਕਸ ਮੈਂ ਉਦੋਂ ਲੰਘਾਈਆਂ ਸੀਗਾ ਗੱਡੀਆਂ ਉਦੋਂ ਵੀ ਤੁਸੀਂ ਦੇਖਿਆ ਵੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਟੋਲ ਟੈਕਸ ਦੀਆਂ ਪਰਚੀਆਂ ਜਦੋਂ ਕੱਟਦੇ ਸੀ ਨਾ ਕਿਸਾਨ ਯੂਨੀਅਨਾਂ ਦੀਆਂ ਅੰਦੋਲਨ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਤੁਹਾਡੇ ਭਰਾ ਨੇ ਉਹ ਪਹਿਲ ਕੀਤੀ ਸੀਗੀ ਇਸ ਕਰਕੇ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਆਹ ਟੋਲ ਟੈਕਸ ਵਾਲਿਆਂ ਨੂੰ ਵੀ ਆਓ ਆਪਾਂ ਜਿਹੜਾ ਡੱਟ ਕੇ ਜਿਹੜਾ ਆਪਾਂ 40 ਕੁ ਰੁਪਏ ਜਿਹੜੀ ਇਸ ਦੀ ਆਉਣ ਜਾਣ ਦੀ 20 ਰੁਪਏ ਆਉਣ ਦੀ 20 ਰੁਪਏ ਜਾਣ ਦੀ ਪਰਚੀ ਹੋਵੇ ਨਾ ਕਿ 90 ਰੁਪਏ ਹੋਵੇ ਤੁਸੀਂ ਇਹ ਦੇਖ ਲਓ ਵੀ ਇਹ ਤਾਂ 5-7 ਸਾਲਾਂ ਦੇ ਵਿੱਚ 5-4 ਸਾਲਾਂ ਦੀ ਮੈਂ ਗੱਲ ਕਰਦਾ 5-4 ਸਾਲਾਂ ਦੇ ਵਿੱਚ ਜਿੰਨਾ ਪੈਸਾ ਲੱਗਿਆ ਇਹ ਤਾਂ ਇਹਨਾਂ ਨੇ ਸਾਰਾ ਪੈਸਾ ਪੂਰਾ ਕਰ ਲਿਆ ਹੁਣ ਤਾਂ ਤੁਹਾਡੇ ਕੱਪੜੇ ਲਾਉਣ 'ਤੇ ਨੇਗੇ ਜਿੰਨਾ ਇਹ ਰੋਡ ਬਣਾਉਣ 'ਤੇ ਜਾਂ ਜ਼ਮੀਨ ਖਰੀਦਣ 'ਤੇ ਪੈਸਾ ਲੱਗਿਆ ਉਹ ਤਾਂ ਇਹਨਾਂ ਨੇ 5-7-4 ਸਾਲਾਂ ਦੇ ਵਿੱਚ ਉਹ ਪੈਸਾ ਪੂਰਾ ਕਰ ਲਿਆ ਹੁਣ ਤਾਂ ਤੁਹਾਡੇ ਕੱਪੜੇ ਲਾਉਣ 'ਤੇ ਨੇਗੇ ਇਸ ਕਰਕੇ ਆਓ ਜਿਹੜਾ ਆਪਾਂ ਡਟ ਕੇ ਇਹ ਚੀਜ਼ ਦਾ ਵਿਰੋਧ ਕਰੀਏ ਹੁਣ ਇਸ ਟਾਈਮ ਪੰਜਾਬ ਜਾਗਿਆ ਹੋਇਆ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਆਓ ਜਿਹੜਾ ਆਪਾਂ ਡਟ ਕੇ ਇਹਨਾਂ ਦਾ ਗੁੰਡਿਆਂ ਦਾ ਜਿਹੜਾ ਬਾਹਰਲੀਆਂ ਕੰਪਨੀਆਂ ਨੇਗੀਆਂ ਬਾਹਰਲੀਆਂ ਕੰਪਨੀਆਂ ਦੇ ਸਾਰੇ ਟੋਲ ਟੈਕਸ ਨੇਗੇ ਵੱਡੀਆਂ ਕੰਪਨੀਆਂ ਨੇਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਅੰਡਰ ਚੱਲਦੇ ਨੇ ਪੰਜਾਬ ਦੀਆਂ ਜ਼ਮੀਨਾਂ 'ਤੇ ਸਾਡੇ ਜ਼ਮੀਨਾਂ 'ਤੇ ਬਣੇ ਹੋਏ ਜਿਹੜੇ ਜ਼ਮੀਨਾਂ 'ਤੇ ਬਣੇ ਹੋਏ ਰੋਡ ਨੇ ਟੈਕਸ ਲਾਇਆ ਜਾਂਦਾ ਇਸ ਕਰਕੇ ਨਿਯਮਿਤ ਰੂਪ ਦੇ ਵਿੱਚ ਜਿਹੜਾ ਟੋਲ ਟੈਕਸ ਲੱਗਣਾ ਚਾਹੀਦਾ ਨਾ ਕਿ 90-90 ਰੁਪਈਆਂ ਦੀ 100-100 ਰੁਪਏ ਦੀ ਪਰਚੀ ਹੋਣੀ ਚਾਹੀਦੀ ਆ ਆਹ ਲੁਧਿਆਣੇ ਦੇ ਟੋਲ ਟੈਕਸ ਦੀ ਗੱਲ ਕਰਨਾ ਇੱਕ ਟੋਲ ਟੈਕਸ 'ਤੇ ਪਤਾ 150 ਪਤਾ ਨਹੀਂ 200 ਰੁਪਏ ਦੀ ਪਰਚੀ ਹੈ ਇੱਕ ਟੋਲ ਟੈਕਸ 'ਤੇ ਹੁਣ ਜੇ ਕਿਸੇ ਨੇ ਮੈਂ ਗੱਲ ਕਰਾਂ ਵੀ ਇੱਥੋਂ ਮੰਨ ਕੇ ਚੱਲ ਕਿਸੇ ਨੇ ਆਪਣਾ ਇੱਥੋਂ ਕੋਈ 5 ਕਿਲੋਮੀਟਰ ਕੋਈ ਪਿੰਡ ਹੈ ਬੜਬੜ ਤੋਂ ਪਿੱਛੇ ਜਾਂ ਬੁਡਰੁੱਖਾ ਜਿਹੜੇ ਹੋਰ ਪਿੰਡ ਨੇ ਉਹਨਾਂ ਨੇ ਧਰੌਲੇ ਜਾਣਾ ਧਰੌਲੇ ਜਾਣ ਦਾ ਉਹਨਾਂ ਦਾ ਇੱਥੋਂ 200 ਰੁਪਇਆ ਪੈ ਗਿਆ ਬਾਈ ਜੇ ਉਹਨਾਂ ਨੂੰ ਵੀ ਟੋਲ ਟੈਕਸ ਉਹਨਾਂ ਨੇ 90 ਰੁਪਏ ਦੇਣਾ ਪਊਗਾ ਇਹ ਸਾਰੀਆਂ ਜਿਹੜੀਆਂ ਗੱਲਾਂ ਨੇਗੀਆਂ ਆਓ ਜਿਹੜਾ ਉਹਨਾਂ ਨੇ ਡਟ ਕੇ ਆਉਣਾ ਜਿਹੜਾ ਰੁਕਣਾ ਵਿਰੋਧ ਕਰੋ ਕੱਲ੍ਹ ਤੋਂ ਜਿਹੜਾ ਟੋਲ ਟੈਕਸ ਸ਼ੁਰੂ ਹੋ ਜਾਣਾ ਆਪਾਂ ਜਿਹੜਾ ਟੋਲ ਟੈਕਸ ਆ ਉਹ ਸਾਰੇ 40 ਰੁਪਏ ਜਾਂ 40 ਰੁਪਏ ਜਾਂ 50 ਰੁਪਏ ਦਾ ਆਸ ਪਾਸ ਜਿਹੜਾ ਹੋਣਾ ਚਾਹੀਦਾ ਸਾਰੇ ਆਪਾਂ ਡਟ ਕੇ ਆਉਣ ਵਾਲੇ ਜੇ ਵਿਰੋਧ ਕਰਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ